ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਨਾਮ ਕੀ ਹੈ ਤੁਹਾਡਾ? ਮਨਮੋਹਨ ਕੌਰ। ਹਾਂਜੀ, ਕੀ ਗੱਲ ਕੀ ਹੋਈ ਹੈ ਜੀ? ਯਹਾਂ ਪਰ ਸੰਸਕਾਰ ਨਹੀਂ ਕਰਨੇ ਦੇ ਨਾ, ਕੋਰੋਨਾ ਵਾਇਰਸ ਕਾ ਯਹਾਂ ਪਰ ਸਾਰੇ ਹੋ ਗਏ। ਇੱਕ ਹੋਗਾ ਤੋ ਫਿਰ ਹੋਰ ਹੋ ਗਏ, ਦੋ ਤਿੰਨ ਹੋਰ ਹੋਣਗੇ, ਯਹਾਂ ਇੱਕ ਤੋ ਕਰਨਾ ਦੇ ਨਾ, ਖੁੱਲ ਜਾਏਗਾ। ਕੀ ਹੁਣ ਕੀ ਕਰ ਰਹੇ ਆ ਜੀ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਰਹੀ ਆ ਰਿਹਾ ਕਰਨਾ ਹੀ ਹੈ ਤੁਸੀਂ ਜਬਰਦਸਤੀ। ਸਾਸਾ ਕਹਿ ਰਹੇ ਅਸੀਂ ਇੱਥੇ ਸੰਸਕਾਰ ਬਣਾ, ਅਸੀਂ ਨਹੀਂ ਹੋਣ ਦੇਣਾ ਕਦੀ ਇੱਥੇ ਸੰਸਕਾਰ। ਜਿਹੜੇ ਹੁਸ਼ਿਆਰਪੁਰ ਤੋਂ ਹੋਏ ਨੇ ਮੇਰੀ ਗੱਲ, ਜਿਹੜੀ ਹੁਸ਼ਿਆਰਪੁਰ ਡੈਥ ਹੋਈ ਸੀਗੀ, ਜੇ ਪ੍ਰਸ਼ਾਸਨ ਕੁਛ ਹੋ ਰਿਹਾ ਮੇਰੀ ਗੱਲ ਸੁਣੋ, ਆਪਾਂ ਵੀ ਪ੍ਰਸ਼ਾਸਨ ਕਿਆ ਮਰ, ਇੱਕ ਮਿੰਟ ਮੇਰੀ ਗੱਲ ਸੁਣੋ, ਆਪਾਂ ਸੀਲਡ ਪੈਕਡ ਹੈਗੀ ਹੈ, ਪਲਾਸਟਿਕ ਪੈਕ ਹੈ ਸਾਰਾ, ਯਹਾਂ ਪਰ ਸੰਸਕਾਰ ਨਹੀਂ ਕਰਨੇ ਦੇ ਨਾ, ਕੋਰੋਨਾ ਵਾਇਰਸ ਕਾ ਯਹਾਂ ਪਰ ਸਾਰੇ ਹੋ ਗਏ। ਇੱਕ ਹੋਗਾ ਤੋ ਫਿਰ ਹੋਰ ਹੋ ਗਏ, ਦੋ ਤਿੰਨ ਹੋਰ ਹੋਣਗੇ, ਯਹਾਂ ਇੱਕ ਤੋ ਕਰਨਾ ਦੇ ਨਾ, ਖੁੱਲ ਜਾਏਗਾ। ਕੀ ਹੁਣ ਕੀ ਕਰ ਰਹੇ ਆ ਜੀ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਰਹੀ ਆ ਰਿਹਾ ਕਰਨਾ ਹੀ ਹੈ ਤੁਸੀਂ ਜਬਰਦਸਤੀ। ਸਾਸਾ ਕਹਿ ਰਹੇ ਅਸੀਂ ਇੱਥੇ ਸੰਸਕਾਰ ਬਣਾ, ਅਸੀਂ ਨਹੀਂ ਹੋਣ ਦੇਣਾ ਕਦੀ ਇੱਥੇ ਸੰਸਕਾਰ। ਸਾਨੂੰ ਆਪਣੇ ਬੱਚਿਆਂ ਦੀ ਸੇਫਟੀ ਚਾਹੀਦੀ ਹੈ, ਬੱਚਿਆਂ ਦੀ ਸੇਫਟੀ ਚਾਹੀਦੀ ਹੈ, ਸਾਡੇ ਬੱਚੇ ਛੋਟੇ ਆ, ਅਸੀਂ ਨਹੀਂ ਕਰਨ ਦੇਣਾ। ਕਿਉਂਕਿ ਮੇਨ ਤੇ ਸਾਡਾ ਘਰ ਪੈਂਦਾ, ਸਾਰਾ ਥੋਆ ਸਾਡੇ ਉੱਥੇ ਆਣਾ ਹੈ, ਸਾਡੇ ਛੋਟੇ ਛੋਟੇ ਬੱਚੇ ਨੇ ਨਾਲ, ਉਹ ਕਦੀ ਉੱਪਰ ਕਦੀ ਥੱਲੇ ਜਾਂਦੇ ਨੇ, ਬਾਹਰ ਗਲੀ ਚ ਚੱਲ ਜਾਂਦੇ ਨੇ, ਉੱਠ ਕੇ ਨਹੀਂ ਜਾ ਸਕਦੇ ਨਾ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।